ਸਭ ਦਰਵਾਜ਼ੇ ਭਾਨਾ ਤਿੰਨਾਂ ਪਿਆਰਿਆਂ ਭਾਈਆਂ ਅੱਗੇ
ਦਾ ਬਾਨਾ ਵੇਖੋ ਬੰਨਾ ਚੱਲਿਆ ਚੌਂ ਜਣਿਆਂ ਦੇ ਕਾਨਾ ਅਮਲ ਜੀ ਕੀਤੇ ਗੁਰੀ ਵਿੱਚ ਅੰਦਰ ਆਏ ਕੰਨ ਕਿ ਗੁਰਬਾਣੀ ਦਾ ਪ੍ਰਮਾਣ ਹੈ ਕਿ ਜਦੋਂ ਪ੍ਰਾਣੀ ਦੇ ਸਵਾਸ ਪੂਰੇ ਹੋ ਜਾਂਦੇ ਨੇ ਤਾਂ ਜਿਹੜਾ ਮੌਤ ਦਾ ਪ੍ਰੇਸ਼ਤਾ ਆਪ ਜੀ ਦੇ ਚਰਨਾਂ ਦਾ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਦਾ ਬਖਸ਼ਣ ਜਿੰਨੀ ਵੀ ਸੰਗਤ ਗੁਰਦੁਆਰਾ ਸਾਹਿਬ ਤੇ ਪਹੁੰਚੀ ਹੈ ਸਿੰਘ ਪਰਿਵਾਰ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵੀ ਜਿਹਨਾਂ ਨੇ ਦੁੱਖ ਦੀ ਘੜੀ ਦੇ ਵਿੱਚ ਟਾਈਮ ਕੱਢਿਆ ਹੁਣ ਗੁਰੂ ਪਾਤਸ਼ਾਹ ਦੀ ਦੇਖ ਵਰਤਾਈ ਜਾਵੇਗੀ ਉਸ ਤੋਂ ਉਪਰੰਤ ਸਮੂਹ ਪਰਿਵਾਰ ਨੇ ਲੰਗਰ ਤਿਆਰ ਕੀਤਾ ਹੈ ਸਾਰੀ ਸੰਗਤ ਨੇ ਗੁਰੂ ਦਾ ਲੰਗਰ ਛੱਡੀ ਜਾਣਾ ਹੈ ਸੋ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਬੜੀ ਤਬੀਅਤ ਬੜੀ ਠੀਕ ਨਹੀਂ ਸੀ ਅਤੇ ਇੱਕ ਆਪਣੇ ਨੂੰ ਕਹਿੰਦੇ ਕਹਿੰਦੇ ਵੀ ਕੋਈ ਨਾ ਕਹਿੰਦੇ ਮੌਕੇ 'ਤੇ ਆ ਕੇ ਕਹਿੰਦੇ ਆਪਣਾ ਇੱਕ ਸਾਰੇ ਨੂੰ ਕੁਛ ਨਾ ਕੁਛ ਨਾ ਦਿੱਤਾ ਗਿਆ ਅਤੇ ਵੱਡੀ ਗੱਲ ਬਣੀ ਆਪ ਕਹਿਣਾ ਚਾਹੁੰਦਾ ਅਤੇ ਮੈਂ ਤੁਹਾਨੂੰ ਇੰਨਾ ਸਿਰਫ ਕਹਿਣਾ ਸੀ ਕਿ ਟਾਈਮ ਵਿੱਚ ਨਾ ਤੁਸੀਂ ਉਹਨਾਂ ਨੇ ਆਪ ਜਿਉਣ ਨੂੰ ਦਿੱਤਾ ਹੈ ਉਹਨਾਂ ਨੇ ਦਾਨ ਕਰਕੇ ਆਪਣੀ ਜ਼ਿੰਦਗੀ ਖਾਂਦੇ ਪੀਂਦੇ ਸੀਗੇ ਉਹਨਾਂ ਦੇ ਸ਼ੌਕੀਨ ਸੀ ਖਾਣ ਪੀਣ ਦੇ ਉਹਨਾਂ ਦੇ ਕੱਪੜੇ ਪਾਉਣ ਦਾ ਬਹੁਤ ਸ਼ੌਕ ਸੀ ਅਤੇ ਉਹ ਅਸੀਂ ਸਾਰਿਆਂ ਦਾ ਪਤਾ ਕਿ ਉਹ ਕਿੰਨੇ ਕਿੰਨੇ ਡਿਮਾਂਡ ਸਮਝਦੇ ਸੀ ਅਤੇ ਇਸ ਕਰਕੇ ਆਪਾਂ ਸਾਰਿਆਂ ਨੂੰ ਹਮੇਸ਼ਾ ਯਾਦ ਰੱਖਾਂਗੇ ਅਤੇ ਉਹਨੂੰ ਸਿਰਫ ਇੰਨਾ ਕਹਿਣਾ ਚਾਹੁੰਦਾ ਜੀ ਸਾਰਿਆਂ ਨੇ ਸਾਡੇ ਨਾਲ ਬੁੱਢਾ ਪਾਇਆ ਸੁਣਿਆ ਕਿ ਸਾਰਿਆਂ ਨੇ ਸਾਡਾ ਦਰਦ ਬਣਾਇਆ ਅਤੇ ਤੁਹਾਡੀ ਸਾਰਿਆਂ ਨੇ ਬਹੁਤ ਬਹੁਤ ਅਸੀਂ ਥੈਂਕ ਯੂ ਕਰਦੇ ਹਾਂ ਅਤੇ ਕਈ ਸਾਰੇ ਸਮੂਹੀ ਆ ਜਿਹਨਾਂ ਨੇ ਮਾਸਮ ਦਾ ਸਾਡੇ ਨਾਲ ਦਰਦ ਬਣਾਇਆ ਅਤੇ ਇਸ ਤੋਂ ਬਾਅਦ ਮੈਂ ਬਾਰਾ ਕਹਿ ਨਹੀਂ ਸਕਦਾ
Thank you.
ਭੁੱਲ ਸੋਇਆ ਜੋ ਸੰਗ ਵੀ ਸੋ ਕੀ ਸੰਗ ਨਾ ਹੋਇਆ ਜਾਏ ਕਿਆ ਤੂੰ ਸੋਇਆ ਸਹਾਈ ਮਨ ਕਾ
Amen.
Thank you.
ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਮੇਰੇ ਚਟਾਈ ਪਰਿਵਾਰ ਵੱਲੋਂ ਇਹ ਸ਼ਬਦ ਗਾਉਣ ਦਾ ਹੁਕਮ ਹੋਇਆ ਸੀ ਔਰ ਸਮਾਂ ਵੀ ਸਮਾਪਤੀ ਦੇ ਨੇੜੇ ਜਾ ਰਿਹਾ ਇਸ ਸ਼ਬਦ ਦੀ ਹਾਜ਼ਰੀ ਲਵਾਈਏ ਸੰਗਤ ਨੂੰ ਵੀ ਬੇਨਤੀ ਹੈ ਆਪਣੇ ਰਸਾਂ ਦੇ ਦੁਆਰਾ ਇਸ ਸ਼ਬਦ ਨੂੰ ਗਾਉਣਾ ਕਰੋ ਤਾਂ ਜੋ ਸਭ ਦੀ ਹਾਜ਼ਰੀ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਸਕੇ ਬੜਾ ਸੌਖਾ ਸਰਵ ਭਾਸ਼ਾ ਦੇ ਵਿੱਚ ਸ਼ਬਦ ਹੈ ਆਓ ਆਪਣੇ ਪਿਆਰ ਸਾਹਿਬ ਸਰਵਨ ਕਰੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ
ਸਤਿ
ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ
ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਨਾਮ, ਦੇਸ ਨਾਮ, ਰਹਿਤ ਨਾਮ, ਵਿਵੇਕ ਨਾਮ, ਸਾਹ ਨਾਮ, ਫਰੋਸਾ ਨਾਮ, ਦਾਨਾ ਸਿਰਦਾ ਨਾਮ ਦਾਨ, ਸ੍ਰੀ ਗੁਰਸਿੱਖਾਂ ਦਾ ਮਨੀਮਾ ਮਤ ਉੱਚੀ ਮਤ ਪਾ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਹ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀ ਸ੍ਰੀ ਹਰਿਮੰਦਰ ਸਾਹਿਬ ਦੇ ਹੋਰ ਗੁਰਦੁਆਰਿਆਂ ਦਾ ਕੰਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤਾਰ ਦੇ ਸੇਵਾ ਸੰਭਾਲ ਦਾ ਦਾਨ ਪਿਆਰੇ ਮਹਾਂਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਆਉਣਿਆਂ ਦੀ ਲੋਟ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਬਜ਼ੋਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ, ਰਾਣਾ ਰਾਵਣਾ ਗੋਰੇ ਰੰਗਣ ਗੁਰੂ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਵੀਰ, ਜਿਹਾ ਜਿਹੜੀ ਲਿਖਿਆ ਤੇ ਹੁਕਮਾਰੇ ਢੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕਾਂ ਸਾਹ। ਸਤਿਗੁਰੂ ਜੀ ਸੁਰਗਵਾਸੀ ਸਰਦਾਰ ਦਵਿੰਦਰ ਸਿੰਘ ਢਿੱਲੋਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਲਦਿਆਂ ਹੋਇਆ, ਸੰਸਾਰ ਦੀ ਯਾਤਰਾ ਨੂੰ ਪੂਰੀ ਕਰਦਿਆਂ ਹੋਇਆ, ਅਕਾਲ ਚਲਾਣੇ ਕਰ ਗਏ ਸਨ ਉਹਨਾਂ ਦੀ ਧਰਮ ਪਤਨੀ ਬੀਬੀ ਭਜਨ ਕੌਰ ਢਿੱਲੋਂ ਅਤੇ ਸਮੂਹ ਸਾਰੇ ਪਰਿਵਾਰ ਨੇ ਰਲ ਮਿਲ ਕੇ ਆਪ ਜੀ ਦੇ ਚਰਨ ਕਮਲਾਂ ਦੇ ਹੋਰ ਆਸਰੇ ਲੈਂਦੇ ਹੋਏ ਪਰਸੋਂ ਦਿਨ ਤੋਂ ਲੈ ਕੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੀ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾ ਕੇ ਸੀ ਗੁਰੂ ਭੋਗ ਪਵਾਏ, ਉਪਰੰਤ ਆਪ ਜੀ ਦੇ ਪਾਵਨ ਅਸਥਾਨਾਂ ਤੇ ਬਰਾਗਮਈ ਸ਼ਬਦ ਕੀਰਤਨ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਤੋਂ, ਕੀਰਤਨ ਕਰਦਿਆਂ ਤੋਂ, ਸੇਵਾ ਕਰਦਿਆਂ ਤੋਂ ਹਰੇਕ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ, ਅੱਗੇ ਤੋਂ ਸੋਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣੀ, ਸਰਬਤ ਦੇ ਕਾਰਜ ਕਰਨੇ ਬਾਣੀ ਬੜੀ ਸੁਣੀ, ਸੱਚ ਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ਣੀ, ਪਿੱਛੇ ਪਰਿਵਾਰ ਨੂੰ ਭਾਣਾ ਮਨ ਦਾ ਬਲ ਬਖਸ਼ਣਾ ਸਤਿਗੁਰੂ ਜੀ, ਆਪ ਦੀ ਬਾਰ ਬਖਸ਼ ਬਦਲੇ ਤੋਂ ਆਪਣਾ ਭਾਜਲ ਮੇਰਾ, ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨਾਂ ਦਾ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮਨ ਦਾ ਬਲ ਬਖਸ਼ਣਾ, ਸਮੂਹ ਪਰਿਵਾਰ ਤੇ ਮੇਰ ਬਜਾਵਤ ਰੱਖਣਾ, ਕਿਰਪਾ ਕਰਨੀ ਸਤਿਗੁਰੂ ਜੀ। ਸਮੂਹ ਪਰਿਵਾਰ ਲਈ ਦਿਲ ਪਲ ਮਾਇਆ ਅਰਦਾਸ ਹੋਈ ਹੈ, ਆਪ ਕਿਰਪਾ ਕਰਕੇ ਪ੍ਰਵਾਨ ਕਰਿਓ, ਸੇਵਕਾਂ ਦੇ ਲੋਭ ਪਰਲੋਭ ਵਿੱਚ ਪੜਦੇ ਭਜੋ। ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਰਾਹ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਆਪਣੇ ਅਲੌਕਿਕ ਹੁਕਮਨਾਮੇ ਬਖਸ਼ੋ, ਇਹ ਸੰਗਤ ਨੂੰ ਕਿਰਤਾਰਥ ਕਰੋ, ਹੁਕਮਾਂ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਮੇਰਾ ਨਾਮ ਜਿੰਦਿਆ ਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜੋ
चाहे कोई राजा है चाहे कोई वीर है, एक दिन एक रूपों जी मौत है, सब सबू आनी है। मैं सरदार सुरगवासी सरदार जलंधर सिंह ढिल्लों परमेश्वर ने इन्हों जिन्हें भी सवासा की पूंजी दी संसार की यात्रा पूरी करद हो अकाल पुराने कर गए हैं, उन्होंने रूह की शांति वास्ते समूह ढिल्लों परिवार ने रल मिल के संतों के कोट आसरे लेंदे हुए परसों दिन तो लेके धुलकी बाणी आई तीन सिंह जी अंतम मिटाई के श्री अखंड पाठ कर प्रारंभ करवा के सबूत पवाए उपरंत सतगुरों के पावन स्थानों के बराग में शब्द कीर्तन हुए। सतगुरु जी विष्णु की आत्मा आप जी के चरणों का निवास बख्शन, पिछले परिवार को भाणा मन का बख्शन, जिन्हें भी संगत गुरुद्वारा साहिब से पहुंची है सिंह परिवार वालों सारी संगत का बहुत बहुत धन्यवाद कि जिन्होंने दुख की घड़ी देर टाइम कटिया। हुण गुरु पातशाह की देख गुरु पाई जाएगी, उस तो उपरंत समूह परिवार ने लंगर तैयार किया है, सारी संगत ने गुरु का लंगर छकी जाना है। सो बेनती प्रवान करनी वाहगुरु जी का